ਹੁਣ ਲੀਡਰ ਅੱਗੇ ਵਧਣਗੇ। ਲੀਡਰ ਇੱਕ ਲੀਡਰ ਨੇ ਮਨਮੁਰਖ ਤੇ ਬੈਠਣ ਦਾ ਫੈਸਲਾ ਕਰ ਲਿਆ, ਠੀਕ ਹੈ ਜੀ, 26 ਨੂੰ। ਔਰ ਉਦਣ ਤੋਂ ਹੀ ਅਸੀਂ 26 ਨਵੰਬਰ ਤੋਂ ਜਿਹੜੀ ਦੂਜੀ ਵੱਡੀ ਗੱਲ ਹੈ ਵੀ ਪੰਜਾਬ ਅੰਦਰ ਪੂਰੀ ਭਾਜਪਾ ਜਿੱਥੇ ਜਿੱਥੇ ਭਾਜਪਾ ਦੇ ਲੀਡਰ ਜਾਣਗੇ ਉੱਥੇ ਉੱਥੇ ਵਿਰੋਧ ਕਰਾਂਗੇ। ਸਾਡਾ ਕੋਈ ਵੀ ਐਲਾਨ ਅਣਖ ਦਾ ਸਵਾਲ ਤਾਂ ਹੈ ਨਹੀਂ ਗਾ, ਇਹ ਹੁਣ ਸਰਕਾਰ ਗੱਲਬਾਤ ਕਰਦੀ ਆ ਨਹੀਂ ਕਰਦੀ ਉਹਦੀ ਮਰਜ਼ੀ ਦਾ ਸਵਾਲ ਹੈ। ਅਸੀਂ ਤਾਂ ਚਾਹੁੰਦੇ ਸਾਡੇ ਨਾਲ ਗੱਲਬਾਤ ਕਰੇ, ਨਹੀਂ ਗੱਲਬਾਤ ਕਰਨੀ, ਰਾਹ ਖੋਲੇ ਸਾਨੂੰ ਜੰਤਰ ਮੰਤਰ ਤੇ ਰਾਮਲੀਲਾ ਗਰਾਊਂਡ ਦੇ। 13 ਫਰਵਰੀ ਨੂੰ ਜੋ ਤੁਸੀਂ ਅੰਦੋਲਨ ਕੀਤਾ ਸੀ ਉਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਜਾਂ ਕਨੌਰੀ ਬਾਰਡਰ ਤੋਂ ਦਿੱਲੀ ਨੂੰ ਤੁਰ ਪਏ ਸੀ, ਹੁਣ ਉਹ ਰੂਪਰੇਖਾ ਕਿਉਂ ਬਦਲੀ, ਹੁਣ ਇਕੱਠੇ ਹੋ ਕੇ ਕਿਉਂ ਨਹੀਂ ਜਾ ਰਹੇ? ਸ਼ੰਭੂ ਮੋਰਚੇ ਤੋਂ ਜਿਹੜੀ ਸਾਹਮਣੇ ਕੰਧ ਆ ਉਹਦੇ ਵੱਲ ਨੂੰ ਵਧਿਆ ਕਰਨ, ਗਿਣਤੀ 100 ਦੀ ਹੋਵੇ 51 ਦੀ ਹੋਵੇ ਕਿੰਨੀ ਦੀ ਹੋਵੇ ਇਹਦੇ ਬਾਰੇ ਫੈਸਲਾ ਆਉਣ ਵਾਲੇ ਸਮੇਂ 'ਚ ਪੀਸੀ ਕਰਕੇ ਤੁਹਾਨੂੰ ਦੱਸ ਦੇ। ਕਹਿੰਦੇ ਸੀ ਕਿ ਹਰਿਆਣਾ ਦੇ ਵਿੱਚ ਭਾਜਪਾ ਨੂੰ ਸਾਫ ਸਪਸ਼ਟ ਹੋਵੇਗਾ, ਹਰਿਆਣਾ 'ਚ ਸਰਕਾਰ ਰਿਪੀਟ ਹੋ ਗਈ, ਮੌਜੂਦਾ ਭਾਜਪਾ ਪੰਜਾਬ ਦੇ ਲੀਡਰ ਵੀ ਇਹ ਕਹਿ ਰਹੇ ਨੇ ਕਿ ਜਿਹੜੇ ਲੀਡਰ ਬਹਿ ਜਾਂਦੇ ਨੇ ਧਰਨੇ ਲਾ ਕੇ ਕਿਸਾਨ ਨਹੀਂ ਹੈਗੇ ਓਪੋਜੀਸ਼ਨ ਪਾਰਟੀਆਂ ਦੇ ਨੇ, ਉਹ ਸਮਾਂ ਮੰਗਿਆ। ਤੁਸੀਂ ਕਹਿੰਦੇ ਹੋ ਕਿ 13-6 ਦਿਨ ਪਹਿਲਾਂ ਤੁਸੀਂ ਅੰਦੋਲਨ ਤੋਂ ਪਹਿਲਾਂ ਸਮਾਂ ਮੰਗਿਆ ਕਿ ਅਸੀਂ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ਜਾਣਾ, ਸਰਕਾਰ ਕਹਿੰਦੀ ਆ ਪੈਦਲ ਆ ਜਾਓ, ਪਬਲਿਕ ਟਰਾਂਸਪੋਰਟ ਦੇ ਜਾਓ, ਟਰੈਕਟਰ ਟਰਾਲੀਆਂ ਕਰੇਨਾਂ ਜਾਂ ਕੰਬਾਈਨਾਂ ਜਾਂ ਹੋਰ ਜਿਹੜੇ ਤੁਹਾਡੇ ਔਜ਼ਾਰ ਨੇ ਸੰਦ ਨੇ ਉਹ ਨਾਲ ਲੈ ਕੇ। ਇਹ ਦੇਖੋ ਸਰਕਾਰ ਝੂਠ ਬੋਲਦੀ, 2 ਵਾਰੀ ਅਸੀਂ ਦਿੱਲੀ ਨੂੰ ਗੱਡੀਆਂ ਰੇਲਾਂ ਰਾਹੀਂ ਬਾਹਰਲੇ ਸੂਬਿਆਂ ਦੇ ਲੋਕ ਭੇਜੇ, ਜਦੋਂ 13 ਦਾ ਪ੍ਰੋਗਰਾਮ ਸੀਗਾ ਸਾਊਥ ਇੰਡੀਆ ਤੋਂ, ਕਰਨਾਟਕਾ ਤੋਂ, ਤਾਮਿਲ ਤੋਂ, ਉੜੀਸਾ ਤੋਂ, ਜਥੇ ਸਾਡੇ ਵੱਲ ਨੂੰ ਵਧੇ, ਉਹਨਾਂ ਨੂੰ ਨਾ ਟੇਸ਼ਨਾਂ ਦੇ ਲਾ ਕੇ ਕੁੱਟਿਆ ਗਿਆ। ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਂ ਸੁਰਖਾਵ ਦੋਸਤੋ, ਪਿਛਲੇ 9 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ, ਯਾਨੀ ਕਿ 2 ਫੋਰਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ। ਹਾਲਾਂਕਿ ਦਿੱਲੀ ਕੂਚ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਲੇਕਿਨ 9 ਮਹੀਨਿਆਂ ਦੇ ਵਿੱਚੋਂ ਜਦੋਂ ਕੋਈ ਹੁਣ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਤਾਂ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਜਿਹੜੇ SKM ਦੇ ਗੈਰ ਰਾਜਨੀਤਿਕ ਦੇ ਆਗੂ ਨੇ ਉਹ ਮਰਨ ਵਰਤ ਤੇ ਬੈਠ ਰਹੇ ਨੇ, ਤੇ ਉਦੋਂ 10 ਦਿਨਾਂ ਦੇ ਬਾਅਦ 6 ਦਸੰਬਰ ਤੋਂ ਸ਼ੰਭੂ ਬਾਰਡਰ ਤੋਂ ਜਿਹੜੇ ਕਿਸਾਨ ਨੇ ਉਹ ਵੱਖ ਵੱਖ ਜਥਿਆਂ ਦੇ ਰੂਪ ਦੇ ਵਿੱਚ ਹੁਣ ਦਿੱਲੀ ਕੂਚ ਕਰਨਗੇ। ਯਾਨੀ ਕਿ ਦਿੱਲੀ ਕੂਚ ਨੂੰ ਇੱਕ ਨਵੀਂ ਰੂਪਰੇਖਾ ਦਿੱਤੀ ਗਈ ਹੈ। KMM ਮੋਰਚੇ ਤੋਂ ਆਗੂ ਸਰਵਣ ਸਿੰਘ ਪੰਧੇਰ ਮੇਰੇ ਨਾਲ ਨੇ, ਪੰਧੇਰ ਸਾਹਿਬ ਨਵੀਂ ਰੂਪਰੇਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪਦੇ ਅੰਦੋਲਨ ਨੂੰ, ਕਿਉਂ ਇਹ ਲੋੜ ਪੈ ਗਈ 9 ਮਹੀਨੇ ਤੁਸੀਂ ਬੈਠੇ ਹੋ, ਤੁਹਾਨੂੰ ਲੱਗਦਾ ਨੀ ਕੋਈ ਸਰਕਾਰ ਤੇ ਅਸਰ ਹੋਇਆ 9 ਮਹੀਨੇ ਦਾ? ਹਾਂ ਦੇਖੋ, ਅੰਦੋਲਨ ਚੱਲਿਆ ਕੌਮਾਂਤਰੀ ਪੱਧਰ ਤੇ, ਉਹਨਾਂ ਨੇ ਅੰਦੋਲਨ ਨੇ ਛੂਹਾਂ ਛੂਹੀਆਂ, ਅੰਦੋਲਨ ਦੇ ਅੰਦਰ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ, ਉਹਨਾਂ ਚ ਗੋਲੀ ਮਾਰ ਕੇ ਭਾਜਪਾ ਸਰਕਾਰ ਨੇ ਸਾਡਾ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ, ਅੰਦੋਲਨ ਦੇ ਬਹੁਤ ਵੱਡੇ ਵਿਰਾਟ ਰੂਪ ਦੇਖੇ ਗਏ। ਔਰ ਜਦੋਂ ਹਰ ਅੰਦੋਲਨ ਦੇ ਵਿੱਚ ਜਦੋਂ ਕਿਤੇ ਬਹਿ ਜਾਈਏ ਆਮ ਲੋਕਾਂ ਦੀ ਰੁਚੀ ਘਟਦੀ ਹੁੰਦੀ ਆ, ਅਸੀਂ ਸਾਰੇ ਇੱਕ ਲੋਕਾਂ ਚ ਗੱਲ ਲੈ ਕੇ ਜਾਣੀ ਸੀ ਮੀਡੀਆ ਚ ਵੀ ਕੀ ਇਹ ਐ ਨੀ ਹੈਗੇ ਵੀ ਕਦੀ ਸਰਕਾਰ ਨਾਲ ਟਕਰਾਉਣ ਵਾਲੀ ਨੀਤੀ ਹੀ ਅਪਣਾਉਂਦੇ ਹੈਗੇ ਆ, ਪੀਸਫੁਲੀ ਵੀ ਬੈਠੇ ਆ, ਦੇਸ਼ ਭਰ ਵਿੱਚ ਗੱਲਾਂ ਕੀਤੀਆਂ, ਜਦੋਂ ਸਾਰੇ ਹੀਲੇ ਵਸੀਲੇ ਮੁੱਕ ਗਏ ਹੁਣ, ਠੀਕ ਹੈ, ਇੱਕ ਐਲਾਨ ਆਇਆ ਵੀ ਅਸੀਂ ਹੁਣ ਲੀਡਰ ਅੱਗੇ ਵਧਣਗੇ। ਲੀਡਰ ਇੱਕ ਲੀਡਰ ਨੇ ਮਰਨ ਵਰਤ ਤੇ ਬੈਠਣ ਦਾ ਫੈਸਲਾ ਕਰ ਲਿਆ, ਠੀਕ ਹੈ ਜੀ, 26 ਨੂੰ। ਔਰ ਉਦਣ ਤੋਂ ਹੀ ਅਸੀਂ 26 ਨਵੰਬਰ ਤੋਂ ਜਿਹੜੀ ਦੂਜੀ ਵੱਡੀ ਗੱਲ ਹੈ ਵੀ ਪੰਜਾਬ ਅੰਦਰ ਪੂਰੀ ਭਾਜਪਾ ਜਿੱਥੇ ਜਿੱਥੇ ਭਾਜਪਾ ਦੇ ਲੀਡਰ ਜਾਣਗੇ ਉੱਥੇ ਉੱਥੇ ਵਿਰੋਧ ਕਰਾਂਗੇ। ਔਰ ਇਹ ਉਦੋਂ ਤੱਕ ਵਿਰੋਧ ਹੋਊ ਜਿੰਨਾ ਚਿਰ ਮੋਰਚਾ ਮੁੱਕਦਾ ਨਹੀਂ ਹੈ। ਵੀ ਜਿਹੜੇ ਬਾਰਡਰਾਂ ਤੇ ਕਿਸਾਨ ਬੈਠੇ ਉਹਨਾਂ ਦੀਆਂ ਮੰਗਾਂ ਬਾਰੇ ਤੁਹਾਡਾ, ਅਸੀਂ ਕਹਿੰਦੇ ਲੋਕ ਸਵਾਲ ਕਰਨਾ ਵੀ MSP ਲੀਗਲ ਗਰੰਟੀ ਕਾਨੂੰਨ ਤੇ ਕੀ ਗੱਲ ਹੈ, ਦੂਜੇ ਸਵਾਲ ਕੀ ਹੈ। ਔਰ ਦੂਸਰਾ ਵੱਡਾ ਐਲਾਨ ਵੀ 6 ਦਸੰਬਰ ਨੂੰ ਉਹਨਾਂ ਦੀ ਹਾਲਤ ਤੁਹਾਨੂੰ ਪਤਾ 8-10 ਦਿਨਾਂ 'ਚ ਬਾਅਦ ਖਰਾਬ ਹੋਣੀ ਹੈ, ਉਦੋਂ ਉਹਦੇ ਵਿੱਚ ਫਿਰ ਦੂਜਾ ਵੱਡਾ ਐਲਾਨ ਅਸੀਂ ਕੀਤਾ ਸ਼ੰਭੂ ਬਾਰਡਰ ਤੋਂ।
ਵੀ ਅਸੀਂ ਜਥਿਆਂ ਦੇ ਰੂਪ ਚ ਵਧਾਂਗੇ, ਲੀਡਰ ਅੱਗੇ ਆ ਕੇ ਕੁਰਬਾਨੀ ਕਰਨਗੇ। ਇਹਨਾਂ ਦੀ ਅਗਵਾਈ ਚ ਸਾਨੂੰ ਤੁਹਾਨੂੰ ਸਾਰੇ ਟਾਪ ਦੇ ਲੀਡਰ ਜਿਹਨਾਂ 40 ਸਾਲ 30 ਸਾਲ 50 ਸਾਲ ਜਥੇਬੰਦੀਆਂ ਲਈ ਲਾਇਆ ਉਹ ਅੱਗੇ ਖੜਨਗੇ ਤੁਹਾਨੂੰ ਸਾਹਮਣੇ। ਯਾਨੀ ਕਿ ਤੁਸੀਂ ਇੱਕ ਰੂਪਰੇਖਾ ਬਦਲੀ, ਤੁਸੀਂ ਕਹਿੰਦੇ ਹੋ ਕਿ 10 ਦਿਨ ਸਰਕਾਰ ਨੂੰ ਦਿੰਦੇ ਹੋ 26 ਤੋਂ ਲੈ ਕੇ 6 ਤੱਕ, ਜੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੋ ਜਾਂਦੀ ਹੈ, ਦੁਬਾਰਾ ਬੈਠਕਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪਲਾਨ ਆ ਜਿਹੜਾ ਉਹ ਟਲ ਵੀ ਸਕਦਾ। ਤੇ ਦੇਖੋ ਜਦੋਂ ਗੱਲਬਾਤ ਹੋਊਗੀ ਉਹਨਾਂ ਸੰਦਰਭ ਵਿੱਚ ਦੋਵੇਂ ਮੋਰਚੇ ਫੈਸਲਾ ਕਰਨਗੇ, ਮੈਂ ਅੱਜ ਇਹਦੇ ਬਾਰੇ ਕੁਛ ਨਹੀਂ ਕਹਿੰਦਾ। ਹਾਂ, ਸਰਕਾਰ ਗੱਲਬਾਤ ਕਰੂਗੀ ਤੇ ਚੰਗੀ ਗੱਲ ਆ, ਇੱਕ ਡੈਡਲੌਕ ਟੁੱਟੂਗਾ ਮਾੜੀ। ਅਸੀਂ ਤਾਂ ਮਸਲੇ ਹੱਲ ਕਰਾਉਣਾ ਚਾਹੁੰਦੇ ਨਾ, ਠੀਕ ਹੈ, ਸਾਡਾ ਕੋਈ ਵੀ ਐਲਾਨ ਅਣਖ ਦਾ ਸਵਾਲ ਤਾਂ ਹੈ ਨੀਗਾ। ਇਹ ਹੁਣ ਸਰਕਾਰ ਗੱਲਬਾਤ ਕਰਦੀ ਆ ਨਹੀਂ ਕਰਦੀ ਉਹਦੀ ਮਰਜ਼ੀ ਦਾ ਸਵਾਲ ਹੈਗਾ। ਅਸੀਂ ਤਾਂ ਚਾਹੁੰਦੇ ਸਾਡੇ ਨਾਲ ਗੱਲਬਾਤ ਕਰੇ, ਨਹੀਂ ਗੱਲਬਾਤ ਕਰਦੀ, ਰਾਹ ਖੋਲੇ ਸਾਨੂੰ ਜੰਤਰ ਮੰਤਰ ਤੇ ਰਾਮਲੀਲਾ ਗਰਾਊਂਡ ਦੇ ਦੇਵੇ, ਠੀਕ ਹੈ ਨਾ, ਕੋਈ ਇਹਦਾ ਸੋਲੂਸ਼ਨ ਤੇ ਕਰੀਏ। ਕਿਉਂਕਿ ਹਾਲਾਤ ਕਿਸਾਨਾਂ ਦੇਖੋ ਮੰਡੀਆਂ ਚ ਰੁਲ ਗਿਆ ਕੀ, ਇਹ ਖੇਤੀ ਮੰਡੀ ਤੋਰਨ ਵਾਲੇ ਪਾਸੇ ਵੱਧ ਰਹੇ, ਕਣਕ ਵੀ ਰੁਲਣੀ ਹੈ ਜੋ ਸਾਨੂੰ ਦਿਖ ਰਿਹਾ ਹੈਗਾ, ਔਰ ਅਸੀਂ ਫਿਰ ਕਰੋ ਮਰੋ ਵਾਲੀ ਪੋਜੀਸ਼ਨ ਚ ਆਪਣੀ। ਉਹਨੇ ਸਰ ਮਾਸ ਮੂਵਮੈਂਟ ਦੇ ਵਿੱਚੋਂ, ਯਾਨੀ ਕਿ ਤੁਸੀਂ ਕਹਿੰਦੇ 13 ਫਰਵਰੀ ਨੂੰ ਜੋ ਤੁਸੀਂ ਅੰਦੋਲਨ ਕੀਤਾ ਸੀ, ਉਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਜਖਨੌਰੀ ਬਾਰਡਰ ਤੋਂ ਦਿੱਲੀ ਨੂੰ ਤੁਰ ਪਏ ਸੀ, ਹੁਣ ਉਹ ਰੂਪਰੇਖਾ ਕਿਉਂ ਬਦਲੀ, ਹੁਣ ਇਕੱਠੇ ਹੋ ਕੇ ਕਿਉਂ ਨਹੀਂ ਜਾ ਰਹੇ, ਧੜਿਆਂ ਦੇ ਵਿੱਚ ਕਿਉਂ ਜਾ ਰਹੇ, ਯਾਨੀ ਕਿ ਜਥਿਆਂ ਦੇ ਵਿੱਚ ਕਿਉਂ ਜਾ ਰਹੇ? ਦੋ ਗੱਲਾਂ ਦੇਖੋ, ਇਹ ਚ ਕੋਈ ਰੂਪਰੇਖਾ ਇਸ ਕਰਕੇ ਆ ਵੀ ਸਰਕਾਰ ਨੂੰ ਮੌਕਾ ਨਾ ਮੁਹੱਈਆ ਹੋਵੇ, ਠੀਕ ਆ। ਕੁਛ ਵਿੱਚ ਬੰਦੇ ਵੀ ਜਿਹੇ ਸਰਕਾਰਾਂ ਵਾੜ ਲੈਂਦੀਆਂ ਹੁੰਦੀਆਂ, ਸਾਡੇ ਕਿਸਾਨ ਤਾਂ ਬੜੇ ਪੀਸਫੁੱਲੀ ਆ, ਪੁਰਾਮਣ ਢੰਗ ਨਾਲ ਜੋ ਅਸੀਂ ਕਹਿੰਦੇ ਉਹ ਕਰਦੇ ਹੈਗੇ। ਦਿੱਲੀ ਵਧਣ ਦੀ ਕੌਲ ਆ, ਦਿੱਲੀ ਵਧਣਾ ਵਾ, ਵਧਣਾ ਜਥਿਆਂ ਦੇ ਰੂਪ ਵਿੱਚ ਆ ਵੀ ਲੀਡਰ ਅੱਗੇ ਦਿਖਣ, ਠੀਕ ਆ। ਉਦਾਂ ਆਮ ਗਿਣਤੀ ਨਹੀਂ ਦਿੰਦਾ, ਲੋਕ ਹੁਣ ਵੀ ਬਹੁਤ ਵੱਡੇ ਪੱਧਰ ਤੇ ਆਏ ਨੇ, ਅਸੀਂ ਲੋਕਾਂ ਦੇ ਨਾਂ ਰਜਿਸਟ੍ਰੇਸ਼ਨ ਕਰਨੇ ਸ਼ੁਰੂ ਕਰ ਦਿੰਦੇ ਆ 30 ਤੋਂ। ਇਹ ਹੁਣ ਦਿੱਲੀ ਜਥੇ ਇੱਕ ਦਿਨ ਚ ਤਾਂ ਜਥੇ ਮੁੱਕ ਨਹੀਂ ਜਾਣੇ, ਜਥੇ ਜਿੰਨਾ ਚਿਰ ਮਹੀਨਾ 2-3-4। ਇਸ ਕਰਕੇ ਲੋਕਾਂ ਨੂੰ ਕਹਿਣਾ ਸਬਰ ਕਰੋ, ਹਰੇਕ ਦੀ ਵਾਰੀ ਆ ਜਾਣੀ, ਹਰ ਜਥੇ ਨਾਲ ਲੀਡਰ ਅੱਗੇ ਹੋਇਆ ਕਰੂਗਾ। ਇਹ ਕਿੰਨਾ ਚਿਰ ਚਲਾਉਣਾ ਪਊਗਾ, ਇਹ ਤਾਂ ਹੁਣ ਸਮੇਂ ਦੀ ਗਰਭ ਚ ਹੈ। ਕਿੰਨੇ ਹੋਣਗੇ, ਕਿੰਨੀ ਗਿਣਤੀ ਹੋਊ ਜਥਿਆਂ ਦੇ ਵਿੱਚ ਲੀਡਰਾਂ ਦੀ, ਕਿੰਨੇ ਲੋਕ ਕਿਹੜੇ ਰਾਹ ਤੋਂ ਅੱਗੇ ਜਾਊਂਗੇ? ਸ਼ੰਭੂ ਮੋਰਚੇ ਤੋਂ ਜਿਹੜੀ ਸਾਹਮਣੇ ਕੰਧ ਆ ਉਹਦੇ ਵੱਲ ਨੂੰ ਵਧਿਆ ਕਰਾਂਗੇ। ਗਿਣਤੀ 100 ਦੀ ਹੋਵੇ, 51 ਦੀ ਹੋਵੇ, ਕਿੰਨੀ ਦੀ ਹੋਵੇ, ਇਹਦੇ ਬਾਰੇ ਫੈਸਲਾ ਆਉਣ ਵਾਲੇ ਸਮੇਂ ਚ ਪੀਸੀ ਕਰਕੇ ਤੁਹਾਨੂੰ ਦੱਸ ਦਿਆਂ। ਜਥਿਆਂ ਦੀ ਮੂਵਮੈਂਟ ਹੁੰਦੀ ਹੈ, ਇਹ ਗ੍ਰਿਫਤਾਰੀਆਂ ਵਾਲੀ ਮੂਵਮੈਂਟ ਜ਼ਿਆਦਾ ਬਣ ਜਾਂਦੀ ਹੈ ਕਿ ਜਥੇ ਜਾਂਦੇ ਨੇ, ਅਗੋ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ, ਬਾਅਦ ਛੱਡ ਕੇ ਫਿਰ ਉਹ ਜਥੇ ਦੁਬਾਰਾ ਤਿਆਰ ਹੋ ਜਾਂਦੇ ਨੇ। ਕੀ ਇਹ ਸਿਲਸਿਲਾ ਇਸ ਤਰੀਕੇ ਨਾਲ ਰਹੇਗਾ, ਜਾਂ ਖੀਲੇ ਵਸੀਲੇ ਦਿੱਲੀ ਤੱਕ ਪਹੁੰਚਣ ਦੀ, ਜੰਤਰ ਮੰਤਰ ਤੱਕ ਜਾਂ ਰਾਮਲੀਲਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋਗੇ? ਨਹੀਂ ਦੇਖੋ, ਸਾਡੇ ਤਾਂ ਹੀ ਲਿਬ ਸੀਲੇ ਸਾਰੇ ਅੱਗੇ ਵਧਣ ਦੇ ਹੋਣਗੇ। ਸਰਕਾਰ ਮੌਕੇ ਤੇ ਕੀ ਸਟੈਪ ਕਰ ਚੁੱਕਦੀ ਆ, ਕੀ ਫੈਸਲਾ ਕਰਦੀ ਆ, ਉਹਦੇ ਸਿਰ ਤੇ ਨਿਰਭਰ ਕਰਦਾ। ਸਾਡੇ ਤਾਂ ਦਿੱਲੀ ਵਧਣ ਨੂੰ। ਕੀ ਕੋਈ ਵਹੀਕਲਾਂ ਤੇ ਜਾਣ ਦੀ ਤਿਆਰੀ ਹੈ ਜਾਂ ਪੈਦਲ ਜਾਣ ਦੀ ਤਿਆਰੀ ਹੈ? ਇਹ ਪਹਿਲੇ ਦੇ ਵਿੱਚ ਕੋਈ ਵਹੀਕਲ ਨਹੀਂ ਹੋਊਗਾ, ਠੀਕ ਹੈ, ਕੱਲ ਨੂੰ ਲੋਡ ਕਾਂ ਵੇਖਿਆ ਜਾਊਗਾ, ਇਹਦੇ ਵਿੱਚ ਕੋਈ ਵਹੀਕਲ ਨਹੀਂ ਹੋਊਗਾ, ਇਹਦੇ ਬਾਰੇ ਵੀ ਕਲੀਅਰਿਟੀ 5-7 ਦਿਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਕਰ ਦਿਆਂਗੇ। ਤੁਸੀਂ ਕਹਿੰਦੇ ਪਹਿਲੇ ਚ ਕੋਈ ਵਹੀਕਲ ਨਹੀਂ, ਕੋਈ ਟਰੈਕਟਰ ਨਹੀਂ, ਟਰਾਲੀ ਟਰੱਕ ਤੋੜ ਨਹੀਂ ਜਾਊਗਾ, ਤਾਂ ਇਹ ਤਾਂ ਸਰਕਾਰ ਪਹਿਲਾਂ ਵੀ ਸ਼ਾਇਦ ਤੁਹਾਨੂੰ ਕਹਿ ਚੁੱਕੀ ਹੈ। ਤੁਸੀਂ ਜਦੋਂ ਸਮਾਂ ਮੰਗਿਆ, ਤੁਸੀਂ ਕਹਿੰਦੇ ਹੋ ਕਿ 13-6 ਦਿਨ ਪਹਿਲਾਂ ਤੁਸੀਂ ਅੰਦੋਲਨ ਤੋਂ ਪਹਿਲਾਂ ਸਮਾਂ ਮੰਗਿਆ ਕਿ ਅਸੀਂ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ਜਾਣਾ, ਸਰਕਾਰ ਕਹਿੰਦੀ ਆ ਪੈਦਲ ਆ ਜਾਓ, ਪਬਲਿਕ ਟਰਾਂਸਪੋਰਟ ਤੇ ਆ ਜਾਓ, ਟਰੈਕਟਰ ਟਰਾਲੀਆਂ ਕਰੇਨਾਂ ਜਾਂ ਕੰਬਾਈਨਾਂ ਜਾਂ ਹੋਰ ਜਿਹੜੇ ਤੁਹਾਡੇ ਔਜ਼ਾਰ ਨੇ ਸੰਦ ਨੇ ਉਹ ਨਾਲ ਲੈ ਕੇ ਆਓ। ਨਹੀਂ ਦੇਖੋ, ਸਰਕਾਰ ਝੂਠ ਬੋਲਦੀ, ਅਸੀਂ 2 ਵਾਰੀ, ਇੱਕ ਮੈਨੂੰ ਜੇ ਮੈਂ ਸਹੀ ਬੋਲ ਰਿਹਾ ਤਾਂ ਸ਼ਾਇਦ 6 ਦਸੰਬਰ ਦਾ ਦਿਨ ਸੀਗਾ ਇਦੋਂ ਪਹਿਲੋਂ, ਜਾਂ 13 ਫਰਵਰੀ ਨੂੰ ਵੀ ਸੀਗਾ, ਠੀਕ ਆ, ਅਸੀਂ 6 ਦਸੰਬਰ ਮੇਰੇ ਕੋਲ ਗਲਤ ਨਿਕਲ ਗਿਆ, ਮੇਰੇ ਖਿਆਲ ਉਦੋਂ ਨੈਕਸੀ ਫਰਵਰੀ ਮਾਰਚ ਹੋਊਗਾ, 6 ਮਾਰਚ। 2 ਵਾਰੀ ਅਸੀਂ ਦਿੱਲੀ ਨੂੰ ਗੱਡੀਆਂ ਰੇਲਾਂ ਰਾਹੀਂ ਬਾਹਰਲੇ ਸੂਬਿਆਂ ਵਾਲੇ ਲੋਕ ਭੇਜੇ, ਜਦੋਂ 13 ਦਾ ਪ੍ਰੋਗਰਾਮ ਸੀਗਾ, ਸਾਊਥ ਇੰਡੀਆ ਤੋਂ, ਕਰਨਾਟਕਾ ਤੋਂ, ਤਾਮਿਲ ਤੋਂ, ਉੜੀਸਾ ਤੋਂ, ਜਥੇ ਸਾਡੇ ਵੱਲ ਨੂੰ ਵਧੇ।
ਉਹਨਾਂ ਨੂੰ ਨਾ ਸਟੇਸ਼ਨਾਂ ਦੇ ਲਾ ਕੇ ਕੁੱਟਿਆ ਗਿਆ, ਟਿਕਟਾਂ ਲਈਆਂ ਸੀ ਕਿਸੇ ਦੀ 250 ਦੀ ਟਿਕਟ ਸੀ ਜਿੰਨੀ ਸਾਡੀ ਸਮਰੱਥਾ ਸੀ, ਕਿਤੇ 125 ਦੀਆਂ ਟਿਕਟਾਂ ਸੀ, ਕਿਤੇ 70-80 ਟਿਕਟਾਂ ਸੀਗੀਆਂ। ਤੋ ਉਹਨਾਂ ਨੂੰ ਗੱਡੀਆਂ ਤੋਂ ਲਾ ਕੇ ਕੁੱਟ ਕੇ ਉਹਨਾਂ ਗੱਡੀਆਂ ਦੇ ਵਾਪਸ ਕੀਤਾ ਗਿਆ ਇਹ ਸਰਕਾਰ। ਔਰ ਜਦੋਂ ਅਸੀਂ 6 ਮੇਰੇ ਖਿਆਲ ਮਾਰਚ ਦਾ ਸੀਗਾ, ਰਾਜਸਥਾਨ ਦੇ ਵਿੱਚੋਂ ਯੂਪੀ ਦੇ ਵਿੱਚੋਂ ਜਿਹੜੇ ਜਥੇ ਗਏ, ਯੂਪੀ ਵਾਲੇ ਬਿਲਕੁਲ ਨੇੜੇ ਸੀਗੇ, ਠੀਕ ਹੈ, ਉਹ ਬਾਰਡਰ ਤੇ ਚਲੇ ਗਏ, ਕੁਛ 100-150 ਕਿਸਾਨ, ਉਹਨਾਂ ਨੂੰ ਬਾਰਡਰ ਤੋਂ ਇੰਟਰ ਨਹੀਂ ਕਰਨ ਦਿੱਤਾ ਗਿਆ। ਤੋ ਹੁਣ ਜਿਹੜੀ ਸਰਕਾਰ ਕਹਿੰਦੀ ਹੈ ਵਾਂਗ ਚੁੰਗੂ ਨਹੀਂ ਤੇ ਪੈਦਲ ਜਾ ਰਹੇ ਸੀ 100-150 ਬੰਦਾ, ਉਹਨੂੰ ਨਹੀਂ ਜਾਣ ਦਿੱਤਾ ਗਿਆ। ਤੋ ਸਰਕਾਰ ਦੀ ਇਹ ਪਾਲਿਸੀ ਨੰਗੀ ਆ ਵੀ ਉਹ ਕਿਸੇ ਕੀਮਤ ਤੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਗੇ। ਹੁਣ ਵੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜੋ 13 ਤਰੀਕ ਦੇ ਵਿੱਚ ਤਸਵੀਰਾਂ ਸਾਨੂੰ ਦੇਖਣ ਨੂੰ ਮਿਲੀਆਂ ਜਾਂ ਦਿੱਲੀ ਅੰਦੋਲਨ ਦੌਰਾਨ ਤੁਹਾਡੇ ਦੂਜੇ ਭਾਗ ਦੌਰਾਨ ਜੋ ਰੋਕਣ ਦੀ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ, ਜੇ ਸਰਕਾਰ ਉਵੇਂ ਹੀ ਕੋਸ਼ਿਸ਼ ਕਰਦੀ ਆ ਫਿਰ ਕੀ ਕਰੋਗੇ? ਦੇਖੋ ਪਹਿਲੀ ਗੱਲ ਆ, ਜਥਾ ਜਾਊਗਾ ਜਿੰਨੀ ਉਹਦੀ ਸਮਰੱਥਾ ਵਾ ਪੀਸਫੁਲੀ ਢੰਗ ਨਾਲ ਸਟਰਗਲ ਕਰੂਗਾ, ਉਹ ਰੁਕ ਜੂਗਾ, ਨੈਕਸਟ ਜਥਾ ਜਾਊਗਾ, ਉਹ ਰੁਕ ਜੂਗਾ, ਨੈਕਸਟ ਜਥਾ ਜਾਊਗਾ। ਜੇ ਸਰਕਾਰ ਕੋ ਮੌਕੇ ਅਨੁਸਾਰ ਕੋਈ ਕੈਜੁਅਲਿਟੀ ਵੱਧ ਦਿਖੂਗੀ, ਉਹਦੇ ਅਨੁਸਾਰ ਫੈਸਲੇ ਮੌਕੇ ਤੇ ਸਟਾਪ ਕਰਕੇ ਵੀ ਦੋ ਦਿਨਾਂ ਬਾਅਦ ਕਰ ਸਕਦੇ, ਜੋ ਵੀ ਮੌਕੇ ਮੁਨਾਸਬ ਪ੍ਰਸਥਿਤੀਆਂ ਹੋਣਗੀਆਂ ਇਹ ਮੌਕੇ ਤੇ ਕੀਤੀਆਂ ਜਾਣਗੀਆਂ। ਤੁਸੀਂ ਮੌਕੇ ਦੇ ਮੁਤਾਬਿਕ ਗੱਲਾਂ ਕਰ ਰਹੇ ਹੋ, ਪਰ ਜਿੱਦਾਂ ਦਾ ਪ੍ਰਭਾਵ ਅੰਦੋਲਨ ਦਾ ਦੇਖਣ ਨੂੰ ਚਾਹੀਦਾ ਸੀ, ਮਿਲਣਾ ਚਾਹੀਦਾ ਸੀ, ਹਰਿਆਣਾ ਦੇ ਵਿੱਚ ਉਦੋਂ ਦਾ ਪਰਿਣਾਮ ਚੋਣਾਂ ਦੇ ਵਿੱਚ ਨਹੀਂ ਆਇਆ। ਤੁਹਾਡੇ ਲੀਡਰ ਇਹ ਕਹਿੰਦੇ ਸੀ ਕਿ ਹਰਿਆਣਾ ਦੇ ਵਿੱਚ ਭਾਜਪਾ ਨੂੰ ਸਾਫ਼ ਸਪਸ਼ਟ ਹੋਵੇਗਾ, ਹਰਿਆਣਾ 'ਚ ਸਰਕਾਰ ਰਿਪੀਟ ਹੋ ਗਈ। ਲਗਾਤਾਰ ਮੌਜੂਦਾ ਭਾਜਪਾ ਪੰਜਾਬ ਦੇ ਲੀਡਰ ਵੀ ਇਹ ਕਹਿ ਰਹੇ ਨੇ ਕਿ ਜਿਹੜੇ ਲੀਡਰ ਬਹਿ ਜਾਂਦੇ ਨੇ ਧਰਨੇ ਲਾ ਕੇ, ਕਿਸਾਨ ਨਹੀਂ ਹੈਗੇ, ਆਪੋਜੀਸ਼ਨ ਪਾਰਟੀਆਂ ਦੇ ਨੇ, ਤਾਂ ਉਦਾਂ ਦਾ ਪ੍ਰਭਾਵ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਨਹੀਂ ਪੈ ਰਿਹਾ, ਉਸ ਉਹੋ ਜਿਹੀ ਮੂਵਮੈਂਟ ਨਹੀਂ ਬਣ ਰਹੀ? ਇਹੋ ਜਿਹੀ ਗੱਲ ਨੇ ਗੀ। ਦੇਖੋ ਮੈਨੂੰ ਲੱਗਦਾ ਹਰਿਆਣੇ ਦੀਆਂ ਲੱਛਣਾਂ ਵਿੱਚ ਸਾਰੇ ਉਦੋਂ ਦੀਆਂ ਲੱਛਣਾਂ ਦੇਖ ਲਓ, 47 ਤੋਂ ਬਾਅਦ ਤੇ ਪਹਿਲੀ ਵਾਰ ਕਿਸਾਨਾਂ ਦੇ ਮੁੱਦੇ ਇੰਨੇ ਹਾਵੀ ਹੋਏ, ਕਿਸਾਨ ਮੁੱਦਿਆਂ ਤੇ ਲੱਛਣਾਂ ਹੋਈਆਂ ਹੈਗੀਆਂ। ਮੈਂ ਕਹਿੰਦਾ ਹੁੰਦਾ ਵੀ ਸਾਡਾ ਮਕਸਦ ਸਿਰਫ ਇੱਥੋਂ ਤੱਕ ਹੈ, ਨਾ ਅਸੀਂ ਇਹ ਕਹਿੰਦੇ ਵੀ ਅਸੀਂ ਭਾਜਪਾ ਨੂੰ ਹਰਾਉਣ ਦਾ ਕਦੀ ਸਾਡੇ ਲਵਾਇਆ। ਮਹਾਰਾਸ਼ਟਰ ਵਿੱਚ ਭਾਜਪਾ ਜਿੱਤੇ ਚਾਹੇ ਕਾਂਗਰਸ ਜਿੱਤੇ, ਕਾਂਗਰਸ ਜਿੱਤ ਵੀ ਜਾਂਦੀ ਹਰਿਆਣੇ ਦੇ ਵਿੱਚ ਤੇ ਕੀ ਸਾਡੇ ਮਸਲੇ ਹੱਲ ਹੋ ਜਾਣੇ ਸੀ? ਨਾ, ਸਾਡੀ ਅਜਿਹੀ ਸੋਚ ਸੀਗੀ। ਕਾਂਗਰਸ ਨੇ ਕਹਿਤਾ ਸੀ ਨਾ ਵੀ ਅਸੀਂ ਬਾਰਡਰ ਖੋਲ ਦਾਂਗੇ ਜਦੋਂ ਸਰਕਾਰ, ਇਹ ਤਾਂ ਵੀ ਆਉਣ ਤੋਂ ਬਾਅਦ ਪਤਾ ਲੱਗਦਾ। ਕਹਿਣੂ ਤਾਂ ਵਿਰੋਧੀ ਧਿਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਸੀ ਵੀ MSP ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ, ਜਦੋਂ ਸੱਤਾ ਵਿੱਚ ਆ ਕੇ ਕੋਈ ਕਰਦਾ ਕਿ ਨਹੀਂ ਕਰਦਾ ਤੇ ਬਾਅਦ ਚ ਪਤਾ ਲੱਗਦਾ। ਤੋ ਸਾਡਾ ਇਸ ਕਿਸਮ ਦਾ ਕੋਈ ਨਹੀਂ ਗਾ, ਅਸੀਂ ਚਾਹੁੰਦੇ ਮੁੱਦਿਆਂ ਤੇ ਆਧਾਰ ਤੇ ਲੱਛਣਾਂ ਹੋਣ। ਜਦੋਂ ਕੋਈ ਵੀ ਵੋਟ ਪਾਵੇ, ਜੇ ਕਿਸਾਨ ਆ ਤੇ ਕਿਸਾਨ ਦੇ ਆਧਾਰ ਤੇ, ਕਿਸਾਨੀ ਕਿੱਤੇ ਨੂੰ ਸੋਚੇ। ਹੁਣ ਉਹਦੇ ਵਿੱਚ ਜਿੰਨਾ ਲੋਕਾਂ ਨੇ ਮੁੱਦੇ ਤੇ ਆਧਾਰ ਤੇ ਵੋਟ ਪਾਉਣੀ ਆ ਕਿ ਨਹੀਂ ਪਾਉਣੀ, ਸਰਮਾਏਦਾਰੀ ਵੱਡੇ ਪੱਧਰ ਤੇ ਲੱਛਣਾਂ ਚ ਭਾਰੂ ਹੁੰਦੀ ਆ, ਮੀਡੀਆ ਪਰਸੈਪਸ਼ਨਾਂ ਹੁੰਦੀਆਂ ਨੇ, ਬਾਹੂਬਲ ਹੁੰਦਾ ਵਾ, ਇਹ ਸਾਰਾ ਕੁਝ ਹੁੰਦਾ ਵਾ, ਹੈ ਨਾ? ਠੀਕ ਆ, ਪਰ ਇਹਦੇ ਵਿੱਚੋਂ ਠੀਕ ਆ, ਉਹਦੇ ਵਿੱਚ ਲੋਕਾਂ ਨੇ ਭਾਜਪਾ ਨੂੰ ਪਸੰਦ ਕੀਤਾ, ਉਹਨਾਂ ਦਾ ਹੱਕ ਹੈ। ਅਮਿਤ ਸ਼ਾਹ ਨੇ ਇਹ ਵੀ ਕਹਿਤਾ ਸੀ, ਤੁਸੀਂ ਕਹਿੰਦੇ ਮੁੱਦਿਆਂ ਦੇ ਕਿਸਾਨੀ ਮੁੱਦਿਆਂ ਦੇ ਆਧਾਰ ਤੇ ਵੋਟਾਂ ਪੈਣੀਆਂ ਸੀ, ਅਮਿਤ ਸ਼ਾਹ ਨੇ ਕਹਿਤਾ ਸੀ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਭਾਜਪਾ ਦੇ ਨਾਲ ਹੈ, ਪਰਿਣਾਮ ਆ ਗਿਆ, ਜਿਹੜੇ ਸ਼ੰਭੂ ਜਾਂ ਖਣੌਰੀ ਬੈਠੇ ਨੇ ਉਹ 750 ਆ। ਹਾਂ ਦੇਖੋ, ਅਮਿਤ ਸ਼ਾਹ ਜੋ ਮਰਜ਼ੀ ਕਹਿਣ, ਉਹਨਾਂ ਨੂੰ ਪੁੱਛੋ ਵੀ ਡਬਲ ਇੰਜਨ ਵਾਲੀ ਸਰਕਾਰ ਤਾਂ ਹੈਗੀ ਮੱਧ ਪ੍ਰਦੇਸ਼ ਦੇ ਵਿੱਚ, ਤੇ ਸੋਇਆਬੀਨ ਦੇ ਮਸਲੇ ਨੂੰ ਲੈ ਕੇ ਆਪ ਮਾਰੇ ਲੋਕਾਂ ਨੇ ਕਿੰਨਾ ਪ੍ਰਦਰਸ਼ਨ ਕੀਤਾ ਤੁਹਾਡੇ ਖਿਲਾਫ਼, ਯੂਪੀ ਦੇ ਵਿੱਚ ਹੁਣ ਵਿਦਿਆਰਥੀ ਕਿਵੇਂ ਲੜ ਰਹੇ ਤੁਹਾਡੇ ਖਿਲਾਫ਼। ਤੋ ਉਹਨਾਂ ਦੀਆਂ ਗੱਲਾਂ, ਲਕਸ਼ਣ ਜਿੱਤਣਾ ਇੱਕ ਅੱਡ ਗੱਲ ਹੈਗੀ ਆ, ਲੋਕ ਕਿਹਦੇ ਨਾਲ ਸੰਤੁਸ਼ਟ ਹੈਗੇ ਦੂਜੀ ਗੱਲ ਹੈਗੀ ਆ। ਹਾਕਮ ਤਾਂ ਐਂ ਕਹਿੰਦੇ ਆ ਨਾ, ਹੁਣ ਤਾਂ ਜਿਹੜੀ ਵੀ ਸਟੇਟ ਦੇ ਵਿੱਚ ਜਿੰਨਾ ਦੀ ਸਰਕਾਰ ਆ ਉਹ ਕਹਿੰਦੇ ਸਾਡੇ ਤੋਂ ਲੋਕ ਬਹੁਤ ਖੁਸ਼ੀ ਨੇ, ਇਹ ਲੋਕ ਖੁਸ਼ ਹੈਗੇ, ਕਦੀ ਵੀ ਕਿਸੇ ਸਰਕਾਰ ਕੋਲ ਲੋਕ ਕੁਝ ਨਹੀਂ ਹੁੰਦੇ ਹੈਗੇ। ਹਾਂ ਠੀਕ ਆ, ਸਰਕਾਰ ਆ, ਸਰਕਾਰ ਨਾਲ ਕਰੋੜਾਂ ਕਿਸਾਨ ਮਜ਼ਦੂਰ ਹੋ ਸਕਦੇ, ਉਹਦੇ ਵੋਟਰ ਦਿਲੋਂ ਉਹਨਾਂ ਦੇ ਨਾਲ ਨਹੀਂ ਹੋਣਗੇ, ਉਹਨਾਂ ਦੀ ਕੀ ਮਜਬੂਰੀ ਹੋਗੀ ਕੀ ਨਹੀਂ ਤਾਂ ਉਹ ਜਾਣਦੇ ਹੈਗੇ। ਮੇਰਾ ਆਖਰੀ ਸਵਾਲ ਹੈ ਪਨੀਰ ਸਾਹਿਬ, ਕੰਗਣਾ ਰਣੌਤ ਦੀ ਫਿਲਮ 17 ਤਰੀਕ ਨੂੰ ਰਿਲੀਜ਼ ਹੋ ਰਹੀ ਹੈ, 17 ਜਨਵਰੀ ਨੂੰ, ਐਮਰਜੈਂਸੀ ਜੀ ਨੂੰ ਲੈ ਕੇ ਬਹੁਤ ਵਿਵਾਦ ਖਾਸ ਤੌਰ ਤੇ ਪੰਜਾਬ 'ਚ ਉੱਠਿਆ, ਖੁਦ ਜਾਣਕਾਰੀ ਦਿੱਤੀ ਕੰਗਣਾ ਰਣੌਤ ਨੇ, 17 ਜਨਵਰੀ ਨੂੰ ਕਹਿੰਦੇ ਮੇਰੀ ਫਿਲਮ ਜਿਹੜੀ ਐਮਰਜੈਂਸੀ ਆ ਉਹ ਰਿਲੀਜ਼ ਹੋਣ ਵਾਲੀ ਹੈ। ਹਾਂ ਦੇਖੋ, ਬਹੁਤ ਕੋਸ਼ਿਸ਼ਾਂ ਹੁੰਦੀਆਂ ਨੇ ਵੀ ਜਦੋਂ ਕੋਈ ਵੀ ਅੰਦੋਲਨ ਮੁੱਦਿਆਂ ਤੇ
ਚੜ ਜਾਵੇ ਤਾਂ ਅਜਿਹੇ ਕਿਸਮ ਦੀਆਂ ਚੀਜ਼ਾਂ ਆਉਣੀਆਂ ਜੇ। ਅਸੀਂ ਕਹਿੰਦੇ ਕੋਈ ਵੀ ਧਰਮ ਹੋਵੇ, ਚਾਹੇ ਹਿੰਦੂ ਹੋਣ, ਮੁਸਲਿਮ ਹੋਣ, ਬੋਧੀ ਹੋਣ, ਜੈਨੀ ਹੋਣ, ਜਿਹੜੀ ਵੀ ਕੋਈ ਬਾਲੀਵੁੱਡ ਦੇ ਵਿੱਚ ਫਿਲਮ ਬਣੇ ਕਿਸੇ ਦੂਸਰੇ ਸਮੁਦਾਇ ਦੇ ਭਾਵਨਾ ਨੂੰ ਭੜਕਾਉਂਦੀ ਹੋਵੇ, ਸਰਕਾਰ ਨੂੰ ਉਹਦੇ ਤੇ ਗੌਰ ਕਰਨਾ ਚਾਹੀਦਾ। ਅਜਿਹੀ ਸਿਚੁਏਸ਼ਨ ਨਹੀਂ ਪੈਦਾ ਹੋਣ ਦੇਣੀ ਚਾਹੀਦੀ ਵੀ ਜਿਹੜੀ ਆਮ ਲੋਕਾਂ ਦੇ ਵਿੱਚ ਟਕਰਾਅ ਪੈਦਾ ਹੋਵੇ। ਪਰ ਭਾਜਪਾ ਤਾਂ ਚਾਹੁੰਦੀ ਆ ਨਾ, ਭਾਜਪਾ ਦੀ ਪੋਲਿਸੀ ਰਹੀ ਆ ਮੰਦਿਰ ਮਸਜਿਦ ਵਾਲੀ, ਹਿੰਦੂ ਮੁਸਲਿਮ ਵਾਲੀ, ਉਹ ਇਹ ਇਹ ਜਿਹੜਾ ਵੋਟਾਂ ਦਾ ਫਿਰਕੂ ਧਰੂ ਵਿਵਨ ਕਰਕੇ ਜਿੱਤਦੀ ਰਹੀ ਹੈ, ਤਾਂ ਕਰੂਗੀ ਇਹੋ ਜਿਹੇ ਪੱਤੇ ਖੇਡੂਗੀ। ਸੋ ਸਰਵਣ ਸਿੰਘ ਭੰਦੇਰ ਦਾ ਕਹਿਣਾ ਹੈ ਕਿ ਨਵੀਂ ਰੂਪਰੇਖਾ ਤਿਆਰ ਕਰ ਲਈ ਗਈ ਹੈ, ਉਹ ਨਵੀਂ ਰੂਪਰੇਖਾ ਦੇ ਦੌਰਾਨ ਦੇਖਣਾ ਹੈ ਕਿਸਾਨੀ ਮੁੱਦੇ ਨੇ ਜਿਹੜੇ ਜੋ ਮੰਗਾਂ ਨੇ ਉਹਨਾਂ ਤੇ ਕੀ ਅਸਰ ਪੈਂਦਾ, ਜਾਂ ਨਵਾਂ ਅੰਦੋਲਨ ਜਥਿਆਂ ਦੇ ਵਿੱਚ ਜਾਣ ਵਾਲਾ ਅੰਦੋਲਨ ਸਰਕਾਰ ਨੂੰ ਗੱਲਬਾਤ ਲਈ ਤਿਆਰ ਕਰ ਪਾਉਂਦਾ ਜਾਂ ਨਹੀਂ ਕਰ ਪਾਉਂਦਾ, ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਮੈਂ ਸੁਰਖਾਵ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।